ਹਾਂਜੀ ਅਸਲਾਮ ਅਲੈਕੁਮ ਮਾਈ ਭੈਣੋ ਅਤੇ ਮਾਈ ਭਰਾ, ਉਮੀਦ ਕਰਸਾਂ ਸਾਰੇ ਭੈਣਾਂ ਭਰਾ ਠੀਕ ਠਾਕ ਹੋਸੋ, ਖੁਸ਼ਬਾਸ਼ ਹੋਸੋ ਅਤੇ ਅੱਲਾਹ ਤਾਲਾ ਨੇ ਹਿਜ਼ੋ ਅਮਾਨ ਵਿੱਚ ਹੋਸੋ। ਮੈਂ ਸੁਭਾਨ ਜੱਟ ਅਤੇ ਤੁਸਾਂ ਤੱਕੀ ਰਹੋ ਜੀ ਮਾੜਾ ਯੂਟਿਊਬ ਚੈਨਲ ਸੁਭਾਨ ਜੱਟ ਓਫੀਸ਼ਲ। ਸਾਰਿਆਂ ਤੋਂ ਪਹਿਲੇ ਮਾੜੇ ਯੂਟਿਊਬ ਚੈਨਲ ਜੀ ਸਬਸਕ੍ਰਾਈਬ ਅਤੇ ਲਾਈਕ ਅਤੇ ਸ਼ੇਅਰ ਦੇਖਣਾ ਲਾਜ਼ਮੀ ਕਹੀ ਚੁੜਿਆ। ਫਿਰ ਸ਼ੁਰੂ ਕਰਨੇ ਆ ਜੀ ਆਪਣੀ ਇੰਟਰਸਟਿੰਗ ਵੀਡੀਓ ਜੀ ਮਾੜੇ ਭੈਣੋ ਅਤੇ ਮਾਈ ਭਰਾ ਜੀ। ਅੱਜ ਮੈਂ ਤੁਸੀਂ ਬਾਣਾ ਚੜਾਇਆ ਕਿ ਅੱਜ ਸਭ ਤੋਂ ਚੁਣਿਆ ਜੀ, ਅੱਜ ਜੀ ਅਸਾਂ ਚੁਣੇ ਹਾਂ ਜੀ ਚਿੱਤਰਪੜੀ ਮੀਰਪੁਰ ਵਾਲੀ ਸਾਈਡ। ਉੱਧਰ ਅੱਜ ਜੀ ਅਸਾਂ ਜਾਣਾ ਆਲਮਰਾਂ ਨੇ ਘਰ ਜਾਣਾ, ਉਹ ਵੀ ਆ ਆਉਣਾ ਸਨ ਅੱਛੋ ਬਾਈ ਈਦ ਕਰੀ ਜਾਓ। ਅਤੇ ਅਸਾਂ ਕੌਣ ਅੱਗੇ ਅਸਾਂ ਯਾਨ ਰਾਏ ਸਨ ਅਤੇ ਅਸਾਂ ਵੀ ਕੌਣ ਆ, ਅਸਾਂ ਸੋਚਿਆ ਚਲੋ ਈਦ ਤੋਂ ਬਾਅਦ ਜਾਣੇ ਹਾਂ। ਅਤੇ ਅੱਜ ਜੀ ਅਸਾਂ ਜੁਲਿਆ ਜੀ ਮੀਰਪੁਰ ਅਤੇ ਉਧਰੂ ਜੀ ਇਨਸ਼ਾਅੱਲਾ ਤੁਸੀਂ ਆਲਮ ਵੀ ਦੱਸਾਂ, ਆਲਮ ਨਾਲ ਵੀ ਰਿਐਕਸ਼ਨ ਤੱਕਿਆ, ਆਲਮ ਕਿਤਨਾ ਜ਼ਿਆਦਾ ਖੁਸ਼ ਹੋ ਸੀ ਅਤੇ ਆਲਮ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਅੱਜ ਬਾਈ ਆਈ ਰਿਹਾ। ਅਤੇ ਅੱਜ ਜੀ ਅਸਾਂ ਉੱਧਰ ਜਾਣਾ, ਚਲੋ ਨਾਲ ਨਾਲ ਜਿਹੜਾ ਕੁਝ ਤੁਸੀਂ ਦੱਸਣਾ ਹੋਇਆ ਕਲਿਪ ਸ਼ਿਪ ਐਡ ਕਰਨੇ ਹੋਏ ਉਹ ਵੀ ਤੁਸੀਂ ਲਾਜ਼ਮੀ ਤੱਕਣਾ, ਵੀਡੀਓ ਸਕਿਪ ਨਹੀਂ ਕਰਨੀ, ਵੀਡੀਓ ਤੁਸੀਂ ਸਾਰੀ ਤੱਕ। ਬਾਕੀ ਇਹ ਮਾੜੇ ਭੈਣੋ ਅਤੇ ਮਾਈ ਭਰਾ ਜੀ, ਇਹਦੀ ਨਾ ਤ੍ਰੀਏ ਦਿਹਾੜੇ ਨੇ ਵੀਡੀਓ ਤਾਂ ਕੋਈ ਬਣਦੀ, ਫਸਟ ਅਤੇ ਸੈਕਿੰਡ ਇਹਨਾਂ ਦਿਹਾੜਿਆਂ 'ਚ ਵੀਡੀਓ ਬਣਦੀ ਆ, ਤ੍ਰੀਏ ਦਿਹਾੜੇ ਨੇ ਫਿਰ ਕੋਈ ਬਣਦੀ। ਅਤੇ ਨਾਲੇ ਯਾਨ ਅਰਮਾਨ ਵੀ ਆਏ ਸਨ, ਇਹਨਾਂ ਕਿ ਵੀ ਟਾਈਮ ਦੇਣਾ ਸੀ, ਫਿਰ ਵੀਡੀਓ ਨਾਲ ਇਤਨਾ ਟਾਈਮ ਕੌਣ ਹੋਣਾ ਸੀ, ਅਤੇ ਵੀਡੀਓ ਘੱਟ ਵੱਧ ਫਿਰ ਬਣਾਈਆਂ ਸਨ। ਚਲੋ ਇੱਕ ਇਸ ਵਾਰੀ ਤੁਸੀਂ ਬੈਠੇ ਤਾਂ ਦੱਸੀ ਛੋੜੇ ਨਾ, ਜਿਹਨਾਂ ਨਹੀਂ ਬਣਾਈ ਤਾਂ ਉਹਨੇ ਮੈਂ ਮਾਜ਼ਰਤ ਕਰਨਾ ਇੱਕ ਵਾਰੀ ਫਿਰ। ਅਤੇ ਇਨਸ਼ਾਅੱਲਾ ਅਗਲੀ ਵਾਰੀ ਕੋਸ਼ਿਸ਼ ਕਰਸਾਂ, ਜਿਨ੍ਹਾਂ ਨੇ ਮੈਂ ਨਹੀਂ ਬਣਾਈ ਵੀਡੀਓ ਉਹਨਾਂ ਨੇ ਕਾਰਨ ਸਾਰਿਆਂ ਤੋਂ ਪਹਿਲੇ ਜਾ ਸਾਂ ਜੀ ਅੱਗੇ ਜੀ ਬੱਸੇ ਨੇ ਅੱਡੇ ਪਰ, ਫਿਰ ਉੱਧਰੋਂ ਬੱਸ ਸੀ, ਫਿਰ ਬੱਸਿਆਂ ਪਰ ਲਾੜੇ ਖਾਣੇ ਜਾ ਸਾਂ ਜੀ ਮੀਰਪੁਰ। ਅਤੇ ਮੀਰਪੁਰ ਸਿੱਧਾ ਅਸਾਂ ਕੁਦਰ ਜਾ ਸਾਂ ਬਲਾ ਵਾਲੀ ਸਾਈਡ ਜਾਂ ਚਿੱਤਰਪੜੀ। ਅਤੇ ਸਾਰਿਆਂ ਤੋਂ ਪਹਿਲੇ ਅਸਾਂ ਮੀ ਲੱਗਣਾ ਬਲਾ ਵਾਲੀ ਸਾਈਡ ਜਾ ਸਾਂ, ਆਲਮਰਾਂ ਵਾਲੀ ਸਾਈਡ ਵੱਧ ਜਾ ਸਾਂ। ਅਤੇ ਹੁਣ ਚੁਣਨੇ ਆ ਜੀ, ਬਾਕੀ ਆ ਮਾੜੇ ਭੈਣੋ ਅਤੇ ਮਾਈ ਭਰਾ ਜੀ, ਬਿਲਕੁਲ ਜੀ ਅਸਾਂ ਘੜੂ ਬਾਹਰ ਨਿਕਲਿਆ ਅਤੇ ਤੱਕੋ ਜੀ ਸੂਰਜ ਨਿਕਲਿਆ ਅਤੇ ਕੜਕਣੀ ਕੜਕਣੀ ਧੁੱਪ ਚੜ੍ਹਨੀ ਲੱਗੀ ਵੀ ਆ ਅਤੇ ਅਸੀਂ ਧੁੱਪ ਲੱਗੀ ਦੀ ਆ। ਬਾਕੀ ਆ ਜੀ ਕੱਲ੍ਹ ਬਾਰਿਸ਼ ਲੱਥੀ ਹੈ, ਬੜਾ ਸੋਹਣਾ ਮਾਹੌਲ ਹੈ, ਮੈਂ ਚਲੋ ਤੁਸੀਂ ਦੱਸਾਂ ਫਿਰ ਕੋਈ ਦੱਸਿਆ, ਮੈਂ ਨਾਲੇ ਥੱਕਿਆ ਸਾਂ ਫਿਰ ਕੋਈ ਮੈਂ ਵੀਡੀਓ ਬਣਾਈ। ਅਤੇ ਬੜਾ ਸੋਹਣਾ ਅੱਜ ਮਾਹੌਲ ਹੈ, ਦਰਮਿਆਨਾ ਮੌਸਮ ਹੈ, ਅੱਧਾ ਠੰਡਾ ਅੱਧਾ ਤੱਤਾ। ਇੱਧਰ ਤੱਕੋ ਜੀ ਇਹ ਗੋਡੀ ਹੋਈ ਵੀ ਹੈ ਅਤੇ ਇਸ ਵਿੱਚ ਇਹ ਬੀਂਹ ਬਾਣੇ ਹੋਣੇ ਨੇ ਮਕਾਈ ਨੇ, ਫਿਰ ਮਕਾਈ ਲੱਗਣੀ ਹੈ ਅੱਗੇ ਜੀ। ਮਕਾਈ ਦਾ ਮੌਸਮ ਹੈ ਜਿਹੜੇ ਛਲੀਆਂ ਲੱਗ ਸਨ, ਇਨਸ਼ਾਅੱਲਾ ਤੁਸੀਂ ਛਲੀਆਂ ਵੀ ਲਾਜ਼ਮੀ ਦੱਸਾਂ ਪੱਕਾ ਸਾਂ ਜਦੋਂ। ਹੁਣ ਬਾਜ਼ਾਰ ਚੁਣਨੇ ਹਾਂ ਅਤੇ ਉੱਧਰੋਂ ਫਿਰ ਤੁਸੀਂ ਦੱਸਣੇ ਹੋ। ਬਾਕੀ ਆ ਜੀ ਬਿਲਕੁਲ ਜੀ ਅਸਾਂ ਬਾਜ਼ਾਰ ਜੀ ਪਹੁੰਚੇ ਹਾਂ ਅਤੇ ਬਾਜ਼ਾਰ ਜੀ ਅਜੇ ਫਿਲਹਾਲ ਬਿਲਕੁਲ ਹਾੜੀ, ਮੈਂ ਸੋਚਿਆ ਕੋਈ ਰਸ਼ ਪਿਓ ਸੀ, ਰਸ਼ ਤਾਂ ਕੋਈ ਨਹੀਂ, ਵੈਸੇ ਵੀ ਈਦ ਹੋ ਗਈ ਹੁਣ ਕਿਆ ਰਸ਼ ਪਏ ਸੀ। ਅਤੇ ਬਾਜ਼ਾਰ ਬਿਲਕੁਲ ਕੋਈ ਬੰਦੇ ਹੀ ਨਹੀਂ ਦਿਸਣਾ ਸੀ ਨਾ, ਤਾਂ ਉਹਨੇ ਥੋੜ੍ਹੇ ਜਾਣੇ ਨੇ। ਅਤੇ ਬਾਜ਼ਾਰ ਜੀ ਇਸ ਵੇਲੇ ਬਿਲਕੁਲ ਹੀ ਬੰਦ ਹੋਇਆ, ਨਾਲ ਜੇ ਸੰਦ ਵੀ ਠੰਡੇ ਪਾਣੀ ਬੋਤਲ ਅਕਸਰ ਜਿਸ ਤਰ੍ਹਾਂ ਲੱਗੀ ਜਾਣੀ ਹੋਈ ਆ ਤਾਂ ਠੰਡੇ ਪਾਣੀ ਨਹੀਂ ਬੋਤਲਾਂ ਲੋੜ ਪਈ ਜਾਣੀ। ਅੱਜ ਜੀ ਬਾਜ਼ਾਰ ਜਿਹੜਾ ਸਾਂ ਬਿਲਕੁਲ ਜੀ ਆਖਣਾ ਬੰਦ ਹੋਇਆ, ਕੋਈ ਰੌਣਕ ਕੋਣੀ ਹੈ ਇੱਧਰ ਬਾਜ਼ਾਰੇ 'ਚ, ਬਿਲਕੁਲ ਜੀ ਆਸਾਂ ਬਾਜ਼ਾਰ ਬੰਦ ਹੋਇਆ ਇਸ ਵੇਲੇ, ਬਿਲਕੁਲ ਜੀ ਬਾਜ਼ਾਰ ਜੀ ਬੇਰੌਣਕ ਹੋਇਆ ਸਾਣਾ ਇਸ ਵੇਲੇ, ਬਿਲਕੁਲ ਤੱਕੀ ਰਿਹਾ ਸਾ ਜੀ ਡੱਬਾ ਜੀ ਆ ਗਿਆ ਮਿਰਪੁਰ ਨਾਲ। ਬਸ
ਹੁਣ ਜੀ ਇਸ ਟਕਸਵਾੜੀ ਨਹੀਂ ਰੌਣਕ ਪਰ ਪੈਸਾ ਟਕਸਵਾੜੀ ਨਹੀਂ ਰੌਣਕ ਹੀ ਬਸ ਅਸਾਂ ਨਹੀਂ ਹੁੰਦਾ ਕਰਦੇ ਇਹ ਪਾਕਿਸਤਾਨ ਬਾਕੀ ਹੈ ਜੀ ਹੁਣ ਅਸਾਂ ਪੱਸਿਆਂ ਪਰ ਝੂੰਟੇ ਖਾਣੇ ਲੱਗੇ ਹੋਏ ਹਾਂ ਅਤੇ ਅਸਾਂ ਚਾਸਾਂ ਜੀ ਮਿਰਪੜ ਵਾਲੀ ਸਾਈਡ ਉਹ ਜੀ ਸਮੈਲ ਖੁਸ਼ ਹੋਏ ਵੇ ਵਾਲ ਹੈ ਯਾਦ ਅੱਛੇ ਸੇ ਮਾਮੇ ਰਾਣੀ ਸਾੜਿਆਂ ਨੇ ਠੀਕ ਹੈ ਜੀ ਹੁਣ ਅੱਗੇ ਚੱਲੇ ਹਾਂ
ਹਾਂ ਜੀ ਬਿਲਕੁਲ ਮਾਰੇ ਭੈਣ ਅਤੇ ਮਾਏ ਭਰਾ ਜੀ, ਬਿਲਕੁਲ ਜੀ ਅਸਾਂ ਲਿੱਬੜ ਵਾਲੀ ਸਾਈਡ ਪਹੁੰਚੀ ਹੈ ਅਤੇ ਹੁਣ ਜਾਸਾਂ ਜੀ ਅਸਾਂ ਜੀ ਪਾਪਾ ਫੈਸਲ ਦਾ ਨੇ ਘਰ ਪੁਰਾਣੀਆਂ ਹੱਟੀਆਂ ਅਤੇ ਪਾਪਾ ਫੈਸਲ ਰਾਹੀਂ ਮੈਂ ਪੂਰੀ ਯਾਦ ਕਰਨ ਲੱਗਿਆਂ ਮੈਂ ਹਰ ਸਾਰਿਆਂ ਕੀ ਜਿਤਨੇ ਮਾਰੇ ਚਦਾਰ ਮੈਂ ਆਪਣੇ ਮੋਬਾਈਲ ਦੇ ਜਿਤਨੇ ਸਾਰਿਆਂ ਕਿ ਮੈਂ ਪੂਰੀ ਦੱਸ ਯਾਦ ਕਰਨ ਲੱਗਿਆਂ ਜੇ ਲਿੱਬੜ ਅੱਛਾ ਉਹਨਾਂ ਨੂੰ ਯਾਦ ਕਰਨਾ ਅਤੇ ਹੁਣ ਜੀ ਅਸਾਂ ਜਾਸਾਂ ਜੀ ਪੁਰਾਣੀਆਂ ਹੱਟੀਆਂ ਉਹ ਪਹੁੰਚੀਆਂ ਜੀ ਅਸਾਂ ਜੀ ਪਹੁੰਚੇ ਹਾਂ ਜੀ ਪੁਰਾਣੀਆਂ ਹੱਟੀਆਂ ਅਸਾਂ ਜਾਣਾ ਹੈ ਜੀ ਬਾਬਾ ਫੈਸਲ ਰਾਣੇ ਘਰ ਮਾਮੂ ਅਖਤਰ ਰਾਹੀਂ ਮਿਲਿਆ ਵੈਸੇ ਚੰਦ ਬਾਅਦ ਜੀ ਅਸਾਂ ਮਾਮਾ ਸ਼ਕੀਰ ਹਸਨ ਮਾਮੂ ਰਾਹ ਬੜਾ ਲੱਗਿਆ ਹੁਣ ਜੀ ਅਸਾਂ ਇੱਥੇ ਜੁਲਿਆ ਇਸਾਂ ਤੋਂ ਬਾਅਦ ਜੀ ਅਸਾਂ ਸਿੱਧਾ ਜਾਣਾ ਜੀ ਚਿੱਤਰਪੜੀ ਚਿੱਤਰਪੜੀ ਵਾਲੀ ਸਾਈਡ ਅਤੇ ਆਲਮ ਅਤੇ ਮਾੜਾ ਲੇਬਰ ਉਹ ਵੀ ਬੂਝਾ ਤੱਕ ਬਣਾਏ ਹਨ ਨਾਲ ਜੀ ਤੇ ਕੋਈ ਜੀ ਤੇ ਉੱਤੇ ਨਾ ਦਰਖਤ ਲੱਗੇ ਆ ਹੁਣ ਜੀ ਬਿਲਕੁਲ ਜੀ ਅਸਾਂ ਪੁਰਾਣੀਆਂ ਹੱਟੀਆਂ ਤੋਂ ਨਿਕਲੀ ਆਏ ਹਾਂ ਕਾਰ ਖਲਤੀ ਵੀ ਹੈ ਝੁਲਨੇ ਆ ਜੀ ਅੰਦਰ ਧੁੱਪ ਚੜੀ ਆਈ ਹੈ ਵਾਹ ਵੀ ਆ ਝੁਲਨੀ ਲੱਗੀ ਵੀ ਹੈ ਬਿਲਕੁਲ ਜੀ ਹੁਣ ਅਸਾਂ ਪਹੁੰਚ ਗਏ ਹਾਂ ਤੇ ਕਾਰ ਵੀ ਉਸੀ ਜਾਣੀ ਕਿੰਨੇ ਤੂੰ ਨੇ ਗਏ ਉਸਨੂੰ ਵਾਸ ਕੋਣੀ ਆਈ ਰੌਣਕਾਂ ਕੋਈ ਲੱਗੀ ਰਹੀਆਂ ਹਾਂਜੀ ਹੁਣ ਅਸਾਂ ਕਮਰੇ 'ਚ ਆਏ ਗਏ ਹਾਂ ਤੇ ਆਲਮਰ ਲੱਭਣੇ ਕੋਣੀ ਲੱਗੇ ਹੋਏ ਕੁਦਰ ਗਏ ਨਾ ਆਲਮਰ ਬੇ ਜੀ ਆਲਮਰ ਕੁਦਰ ਗਏ ਨਾ ਉੱਧਰ ਅੱਪਰ ਅੱਪਰ
ਉਹ ਅਪਰ ਘਰ ਆਪਣੇ ਘਰਾਂ ਚ ਉਦਾਂ ਦੇ ਸੁੱਤੇ ਨਾ ਵੈਸੇ ਗਏ ਬੈਠੇ ਜੇ ਟਕੀ ਅਛੇ ਸਮੈਲ ਕੀ ਕਰ ਰਹੇ ਮੈਂ ਮਿਲਣਾ ਨਾ ਬੜਾ ਗੁਨੇ ਮਾੜਾ ਲੱਗਿਆ ਸੀ ਬੜਾ ਬੜਾ ਲੱਗਿਆ ਕਿਤਨੀ ਵਾਰੀ ਟਕੀ ਟਕੀ ਤਾਂ ਫਿਰ ਥੱਕੀ ਗਏ ਆਏ ਲਾ ਉਹ ਲਗੇ ਸੀ ਹੁਣ ਲਗੇ ਅਸਾਂ ਗਏ ਸਾਂ ਮਾਮੂ ਰਾਣੇ ਮੈਂ ਚਲੋ ਉਹਨੇ ਮਿਲੀ ਅਸਾਂ ਬੇਜੀ ਰਹੀ ਬੇਜੀ ਠੀਕ ਬੇਜੀ ਠੀਕ ਠਾਕ ਨ ਜੋਰ ਹੋਈ ਸਾਇਸ ਜਾਨ ਨਹੀਂ ਦੇ ਰਹੇ ਸਨ ਆਣੇ ਬਿਓ 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 ਇਹ ਦੋ ਦੋ ਕੜੀਆਂ ਨਾ ਅਖਤਰ ਕਰੇ ਸੀ ਫਿਰ ਜੀ ਕੜੇ ਸਨੋ ਔਰ ਸੁਣਾਓ ਇਹ ਤੇ ਕੀ ਅੱਜ ਹੋਈ ਹੈ ਚੰਗੀ ਹੈਗੀ ਹੈ ਚੰਗੀ ਹੈਗੀ ਹੈ ਅਸਾਂ ਇਹ ਯਾਨ ਰਾਚਨੇ ਹੋਣੇ ਨਾ ਨਾਲੇ ਪਨੇ ਤੇ ਫਿਰ ਅਸਾਂ ਤਾਂ ਇਹ ਖੋਣਾ ਅੱਗੇ ਅਸਾਂ ਚਨੇ ਰਹਿਣ ਅੱਗੇ ਅਸਾਂ ਇਧਰ ਹੀ ਨਿੱਕੇ ਹੋਣੀ ਇੱਧਰ ਅਸਾਂ ਇੱਧਰ ਹੀ ਗੁਜ਼ਾਰੀ ਹਾਂ ਉਹ ਵੀ ਅੱਛੇ ਨਾ ਉਹ ਲੋੜਨੇ ਨਾ ਮਾਵੀਆਂ ਹੀ ਅਸਾਂ ਆਪਣੇ ਮਾਵੀਆਂ ਨੇ ਆਏ ਜੇ ਉਹ ਵਿਚਾਰੇ ਕੁਦਰ ਜਾਣ ਉਹ ਘਰ ਤੇ ਕਰ ਸਨ ਪਰ ਮਾਮੂ ਨੇ ਘਰ ਵੀ ਉਹਨੇ ਅੱਛਾ ਨਾ ਮਾਸ਼ਾਲਾ ਜੋਰ ਹੁਸ਼ ਰਹਿਣ ਮਾਨ ਵੀ ਹੁਸ਼ ਰਿਹਾ ਅਰਮਾਨ ਜਿਹੜਾ ਤੇ ਜੋਰ ਸੋਨਾ ਲਾਟ ਕਰਨਾ ਕੱਲ ਗਿਆ ਤੇ ਇਤਨਾ ਅੱਡਾ ਅੱਡਾ ਬੜਾਕ ਲੱਗਾ ਉਸ ਹਾਂ ਅਰਮਾਨ ਨਾ ਮਾਸ਼ਾ ਬੂ ਰੌਣਕਾ ਲਾਉਣਾ ਬੜਾ ਬੜਾ ਵੀ ਰੌਣਕਾ ਲਾਉਣਾ ਨਾ ਓਏ ਜੋਰ ਗੱਲਾਂ ਕਰਨਾ ਠੀਕ ਹੈ ਜੀ ਮਾੜੇ ਭੈਣ ਤੇ ਮਾਏ ਭਰਾ ਜੀ ਆਲਮ ਅਰਛਨ ਤੇ ਫਿਰ ਆਲਮ ਤੁਸੀਂ ਦੱਸਾਂ ਆਲਮ ਆ ਗਿਆ ਅਸਲਾਮ ਅਲੈਕੁਮ ਠੀਕ ਹੋ ਸੇ ਠੀਕ ਹੈ ਤੁਸੀਂ ਅੱਪਰ ਗਏ ਵੇ ਸੋ ਮੈਂ ਤੇ ਖਿਲੋਣਾ ਲੈ ਗਿਆ ਸੋਈ ਜੀ ਮੈਂ ਤੇ ਲੋਣਾ ਲੈ ਗਿਆ ਸੋ ਹੋਰ ਨੀ ਯਾਦ ਕਰਨਾ ਹੋਣਾ ਸੇ ਮਾੜਾ ਬੜਾਕ ਲੱਗਣਾ ਸੀ ਕੋਣੀ ਲੱਗਣਾ ਹੋਣਾ ਸੀ